वैद साहब, अरविंद केजरीवाल ने प्रेस कॉन्फ्रेंस करके 10 नुकाती एजेंडिया नाल 2022 दीयां चोणां लड़न दा ऐलान कीता। इस तों अलावा उन्होंने कांग्रेस ते वड्डे इल्जाम लगाए। उन्होंने कहा है कि अकाली दल ते कांग्रेस ने मिलके सरकार चलाई है। देखो, ये पंजाब दे लोगां नूं बिल्कुल भली भांत पता है कि की होया की नहीं होया। आ जदों तुसीं केजरीवाल साहब दी आ चला रहे सी बाइट जां पीसी जिहड़ी चल रही सी, मैं पूछना चाहना केजरीवाल साहब नूं, कहना मैं पंजाब में शांति स्थापित करूंगा ना। हुण पंजाब विच अशांति है, हुण पंजाब खुशहाल नहीं है, हुण पंजाब दे विच लॉ एंड ऑर्डर की प्रॉब्लम है। जिहड़े ये अनाउंसमेंट कर रहे है, इहनू पुछो ये तू दिल्ली च कर लिया, दिल्ली विच कर लिया सारा कुछ? ये ड्रामेबाजियां कर रहा केजरीवाल, जिहड़ा पंजाब दे लोगां नूं बिल्कुल पसंद नहीं है। ये सिर्फ हुण जुमलेबाजी करन च लग्या होया, बिजली फ्री दे दूंगा मैं, 1000 रुपया दे दूंगा, 2000 रुपया दे दूंगा। ये दूजिया पोलिटिकल पार्टियां नूं तां बड़ा इहना अनाउंसमेंटा करदे आ, ये अनाउंसमेंट नहीं है। जिहड़ा लोगां नूं गरंटी दिंदा फिरदा है, उहदे 21 चों 11 MLA कांग्रेस च आ गए ते 12वां उहनां नूं छड्ड गया। ਇਹ ਕਿਸੇ ਦੀ ਗਰੰਟੀ ਜਿਹੜਾ ਆਪਣੇ MLA ਨਹੀਂ ਸੰਭਾਲ ਸਕਿਆ? ਸਾਡੇ ਤੇ ਵੀ ਐਲੀਗੇਸ਼ਨ ਲੱਗਦੇ ਆ ਕਈ ਤਰ੍ਹਾਂ ਦੇ। ਉਹ ਥਿਊਰੀ ਹੋਰ ਹੈ ਕਿ ਸਾਡਾ ਵੀ 2-3 ਸਾਡੇ MLA BJP ਚਲੇ, ਉਹਦੇ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਾਸ ਬੰਦੇ ਸੀ। ਸੋ ਕੇਜਰੀਵਾਲ ਜਿਹੜਾ ਗਰੰਟੀਆਂ ਦਿੰਦਾ ਫਿਰਦਾ, ਇਹਦੇ 20 ਚੋਂ 11 MLA ਕਾਂਗਰਸ ਚ ਆ ਗਏ ਤੇ 12ਵਾਂ ਇਹਨੂੰ ਛੱਡ ਕੇ ਚਲਾ ਗਿਆ, ਕਾਹਦੀ ਗਰੰਟੀ ਇਹ? ਇਹ ਸਭ ਝੂਠ ਸਵਾਨ ਬੋਲਦਾ ਹੈ। ਪੰਜਾਬ ਦੇ ਲੋਕ, ਮੈਂ ਅਕਸਰ ਕਿਹਾ ਕਰਨਾ, ਬਹੁਤ ਸਿਆਣੇ ਨੇ, ਬੜੇ ਪੜ੍ਹੇ ਲਿਖੇ ਲੋਕ ਨੇ, ਉਹਨਾਂ ਤੇ ਆ ਦਿੱਲੀ ਵਾਲਿਆਂ ਦੀਆਂ ਕੋਈ ਗੱਲਾਂ ਦਾ ਅਸਰ ਨਹੀਂ ਹੁੰਦਾ। ਪਰ ਵੈਦ ਸਾਹਿਬ, ਤੁਸੀਂ ਕਹਿ ਰਹੇ ਹੋ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੈ ਪੂਰੀ ਤਰ੍ਹਾਂ ਠੀਕ ਹੈ, ਪੰਜਾਬ ਦੇ ਵਿੱਚ ਸ਼ਾਂਤੀ ਹੈ, ਪਰ ਫਿਰੋਜ਼ਪੁਰ ਦੇ ਵਿੱਚ ਕੀ ਹੋਇਆ? ਕੱਲ ਪਟਿਆਲੇ ਵੀ ਇੱਕ ਬੰਦਾ ਮਾਰਤਾ, ਉਹ ਵੀ ਕਾਂਗਰਸ ਦਾ, ਫਿਰ ਕਿਵੇਂ ਕਾਨੂੰਨ ਵਿਵਸਥਾ ਕਿਵੇਂ ਠੀਕ ਹੈ? ਆ ਪਿਛਲੀ ਜਨਵਰੀ ਦੇ ਵਿੱਚ ਦਿੱਲੀ ਦੇ ਵਿੱਚ 62 ਬੰਦੇ ਮਰ ਗਏ। ਦਿੱਲੀ ਦੇ ਵਿੱਚ ਹਰ ਰੋਜ਼ ਦੰਗੇ ਹੁੰਦੇ ਆ, ਦਿੱਲੀ ਦੇ ਵਿੱਚ ਹਰ ਰੋਜ਼ ਰੇਪ ਹੁੰਦੇ ਨੇ, ਦਿੱਲੀ 'ਚ ਹਰ ਰੋਜ਼ ਕਤਲ ਹੁੰਦੇ ਨੇ, ਇਹ ਕੇਜਰੀਵਾਲ ਉੱਥੇ ਬੈਠਾ ਕੀ ਕਰਦਾ? ਵੈਦ ਸਾਹਿਬ, ਸਾਡੇ ਨਾਲ ਅਕਾਲੀ ਦਲ ਤੋਂ ਲਖਬੀਰ ਸਿੰਘ ਜੁੜ ਗਏ ਨੇ, ਇਹਨਾਂ ਦਾ ਸਵਾਗਤ ਕਰਦੇ ਹਾਂ। ਵੀ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਜੀ। ਹੈਲੋ ਵੈਦ ਸਾਹਿਬ, ਵੈਦ ਸਾਹਿਬ ਪਲੀਜ਼ ਕੰਟੀਨਿਊ। ਇਹਨੂੰ ਪੁੱਛੋ ਕੇਜਰੀਵਾਲ ਸਾਹਿਬ ਨੂੰ, ਉੱਥੇ ਰੇਪ ਨਹੀਂ ਹੁੰਦੇ, ਇਹ ਨਿਰਭਿਆ ਕਾਂਡ ਹੋਇਆ ਸੀ, ਇਹ ਕਿਹਨੇ ਕੀਤਾ ਸੀਗਾ? ਚਾਹੇ ਉਦੋਂ ਕੇਜਰੀਵਾਲ ਨਹੀਂ ਵੀ ਸੀਗਾ, ਮੈਂ ਦਿੱਲੀ ਦੀ ਗੱਲ ਕਰ ਰਿਹਾ। ਹਾਂ, ਦਿੱਲੀ ਦਾ ਕ੍ਰਾਈਮ ਰੇਟ ਦੇਖ ਲਓ ਤੇ ਪੰਜਾਬ ਦਾ ਕ੍ਰਾਈਮ ਰੇਟ ਦੇਖ ਲਓ, ਫਿਰ ਪਤਾ ਲੱਗਦਾ ਹੈ। ਮੈਂ ਨਹੀਂ ਕਹਿੰਦਾ, ਮੇਰੀਆਂ ਗੱਲਾਂ ਗੂਗਲ 'ਚ ਸਰਚ ਕਰ ਲਓ ਜਾ ਕੇ। ਇਹ ਸਭ ਜੁਮਲੇਬਾਜ਼ੀਆਂ ਨੇ ਇਹਦੀਆਂ। ਪੰਜਾਬ ਬਹੁਤ ਸ਼ਾਂਤ ਹੈ, ਪੰਜਾਬ ਦੇ ਵਿੱਚ ਕੋਈ ਅਸ਼ਾਂਤੀ ਨਹੀਂ ਹੈ। ਹਾਂ, ਅਸ਼ਾਂਤੀ ਇਹਦੇ ਬੰਦੇ ਜ਼ਰੂਰ ਫੈਲਾਉਂਦੇ ਨੇ ਇਹੋ ਜਿਹੀਆਂ ਗੱਲਾਂ ਕਰਕੇ। ਤੁਸੀਂ ਬੀਬਾ, ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ, ਪਿਛਲੀ ਜਨਵਰੀ ਦੇ ਵਿੱਚ ਦੰਗੇ ਕਰਾਏ ਇਹਨਾਂ ਨੇ, ਉਹਦੇ ਵਿੱਚ 62 ਬੰਦੇ, 62 ਪਰਿਵਾਰ ਬਰਬਾਦ ਹੋ ਗਏ। ਇਹ ਕੇਜਰੀਵਾਲ ਕਿੱਥੇ ਸੀ? ਇਹ ਕਿਸੇ ਦੇ ਘਰੇ ਗਿਆ? ਕੇਜਰੀਵਾਲ ਨੇ ਕੋਈ ਉਹਦਾ ਮੁਆਵਜ਼ਾ ਦਿੱਤਾ? ਬਿਲਕੁਲ ਨਹੀਂ ਦਿੱਤਾ। ਇਹ ਪੰਜਾਬ ਦੇ ਲੋਕ ਨੇ, ਪੰਜਾਬ ਦੇ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ ਕੇਜਰੀਵਾਲ ਨੂੰ।